ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਤਰਨਜੀਤ ਕੌਰ ਤੇ ਅਜੀਤ ਖਬਰਾਂ ਤੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। 21ਵੀਂ ਸਦੀ ਏਸ਼ੀਆ ਦੀ ਹੋਵੇਗੀ। ਮੋਦੀ ਆਸੀਆਨ ਸੰਮੇਲਨ ਵਿੱਚ ਭਾਗ ਲੈਣ ਲਈ ਮਲੇਸ਼ੀਆ ਪਹੁੰਚੇ। ਸੁਖਬੀਰ ਸਿੰਘ ਬਾਦਲ ਨੇ ਕਿਹਾ, ਦੇਸ਼ ਨੂੰ ਤੋੜਨ ਵਾਲੀਆਂ ਜਥੇਬੰਦੀਆਂ ਨੂੰ ਸਮਰਥਨ ਦੇ ਰਹੀ ਹੈ ਕਾਂਗਰਸ। ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦ ਕੈਪਟਨ ਅਸ਼ਵਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਭਾਰਤ ਪਾਕਿਸਤਾਨ ਸਰਹੱਦ ਤੋਂ ਫਿਰ ਫੜੀ ਗਈ 1 ਅਰਬ ਤੋਂ ਵਧੇਰੇ ਮੁੱਲ ਦੀ ਹੈਰੋਇਨ। ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਹੋ ਸਕਦੇ ਹਨ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਓਲਾਂਦੇ ਤੇ ਨਿਊਜ਼ੀਲੈਂਡ ਵਿਚ ਹੋਏ ਹੈਲੀਕਾਪਟਰ ਹਾਦਸੇ ਵਿਚ 7 ਮੌਤਾਂ। ਤੇ ਹੁਣ ਖਬਰਾਂ ਵਿਸਥਾਰ ਨਾਲ। 10ਵੇਂ ਆਸੀਆਨ ਸੰਮੇਲਨ ਵਿਚ ਹਿੱਸਾ ਲੈਣ ਲਈ ਮਲੇਸ਼ੀਆ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸੀਆਨ ਵਪਾਰ ਸਮਿਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ 21ਵੀਂ ਸਦੀ ਏਸ਼ੀਆ ਦੀ ਹੋਵੇਗੀ। ਭਾਰਤੀ ਆਰਥਿਕਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਪਿਛਲੇ 18 ਮਹੀਨਿਆਂ ਵਿਚ ਕਾਫ਼ੀ ਸੁਧਾਰ ਕੀਤਾ ਏ ਅਤੇ ਨਿਵੇਸ਼ ਨੂੰ ਵਧਾਇਆ ਏ। ਉਨ੍ਹਾਂ ਆਸੀਆਨ ਦੇਸ਼ਾਂ ਨੂੰ ਅਪੀਲ ਕੀਤੀ ਕਿ ਸਾਰੇ ਦੇਸ਼ ਮਿਲ ਕੇ ਵੱਡਾ ਪਾਵਰ ਹਾਊਸ ਬਣਾ ਸਕਦੇ ਹਨ। ਇਸ ਤੋਂ ਪਹਿਲਾਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਪਹੁੰਚਣ ਤੇ ਸ੍ਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਸ ਹੋਟਲ ਵਿਚ ਮੋਦੀ ਠਹਿਰਨ ਵਾਲੇ ਹਨ ਉਸ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਮੋਦੀ ਦੇ ਸਵਾਗਤ ਲਈ ਮੌਜੂਦ ਸਨ। ਸ੍ਰੀ ਮੋਦੀ ਮਲੇਸ਼ੀਆ ਦੇ 3 ਦਿਨਾਂ ਦੇ ਦੌਰੇ ਤੇ ਹਨ ਜਿੱਥੇ ਉਹ 10ਵੇਂ ਆਸੀਆਨ ਭਾਰਤ ਸੰਮੇਲਨ ਅਤੇ 13ਵੀਂ ਈਸਟ ਏਸ਼ੀਆ ਸਮਿਟ ਵਿਚ ਸ਼ਿਰਕਤ ਕਰਨਗੇ। ਇਸ ਦੌਰਾਨ ਮੋਦੀ ਆਪਣੇ ਮਲੇਸ਼ੀਆਈ ਹਮਰੁਤਬਾ ਨਜੀਬ ਰਜ਼ਾਕ ਨਾਲ ਮੁਲਾਕਾਤ ਵੀ ਕਰਨਗੇ। India and ASEAN are natural partners. Our ties date back to ancient times. They continue to serve as a bridge between our countries and regions. I have been saying that the 21st century belongs to Asia. I say this because of the track record of the ASEAN countries. Together, ASEAN's 10 member countries form an economic powerhouse. ASEAN has emerged as one of the largest economic zones in the world. ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਤੇ ਵੱਡੇ ਦੋਸ਼ ਲਾਏ ਹਨ। ਚੰਡੀਗੜ੍ਹ ਵਿਚ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਅੱਜ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਕਾਰਨ ਪੰਜਾਬ ਵਿਚ ਅੱਤਵਾਦ ਵੱਧ ਰਿਹਾ ਏ ਅਤੇ ਕਾਂਗਰਸ ਦੇਸ਼ ਨੂੰ ਤੋੜਨ ਵਾਲੀਆਂ ਜਥੇਬੰਦੀਆਂ ਨੂੰ ਸਮਰਥਨ ਦੇ ਰਹੀ ਏ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਖਾਲਿਸਤਾਨ ਦਾ ਸਮਰਥਨ ਕੀਤਾ ਏ। ਰਾਹੁਲ ਗਾਂਧੀ ਨੇ ਅਜਿਹੇ ਕਾਰਜਕਰਤਾਵਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ? ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਨੀਤੀ ਫੁੱਟ ਪਾਓ ਤੇ ਰਾਜ ਕਰੋ ਦੀ ਏ। ਜੋ ਇੰਦਰਾ ਗਾਂਧੀ ਨੇ ਕੀਤਾ ਉਹੀ ਰਾਹੁਲ ਗਾਂਧੀ ਕਰ ਰਹੇ ਹਨ ਅਤੇ ਰਾਹੁਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਕਾਂਗਰਸ ਅੰਡਰ ਦ ਲੀਡਰਸ਼ਿਪ ਆਫ ਰਾਹੁਲ ਗਾਂਧੀ ਇਜ਼ ਟ੍ਰਾਈਂਗ ਟੂ ਕ੍ਰੀਏਟ ਦ ਸੇਮ ਇਨਵਾਇਰਮੈਂਟ ਇਨ ਦ ਸਟੇਟ ਆਫ ਪੰਜਾਬ। ਆਈ ਵਿਲ ਟੇਕ ਯੂ ਥਰੂ my presentation where I will show you how Congress has created a Mahagathbandhan with terrorist organizations, separatist organizations, just for the political gains, without taking into consideration that these organizations are against India, against Punjab. They want to disturb the peace of the state and the country, and all these organizations have direct links with Pakistan, ISI. You might recollect recently the whole role has been exposed with the presence and planning of Congress during the rally which took place in Amritsar district.
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਪਟਿਆਲਾ ਵਿਚ ਸ਼ਹੀਦ ਕੈਪਟਨ ਅਸ਼ਵਨੀ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਉਨ੍ਹਾਂ ਨੇ ਇਸ ਮੌਕੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ। ਪਟਿਆਲਾ ਦੇ ਕੈਪਟਨ ਅਸ਼ਵਨੀ ਕੁਮਾਰ ਵਰਮਾ ਸਿਆਚਿਨ ਗਲੇਸ਼ੀਅਰ ਵਿਚ ਆਪਣੀ ਡਿਊਟੀ ਨਿਭਾਉਂਦਿਆਂ ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋ ਗਏ ਸਨ। ਇਸ ਮੌਕੇ ਸਰਦਾਰ ਬਾਦਲ ਨੇ ਵੱਖ ਵੱਖ ਮੁੱਦਿਆਂ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਦੇਖੋ ਜੀ, ਇਸ ਨੌਜਵਾਨ ਦੀ ਜੋ ਬੇਵਕਤ ਅਚਾਨਕ ਔਰ ਦਰਦਨਾਕ ਜੁਦਾਈ ਹੋਈ ਹੈ, ਉਹਦਾ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਵੱਡਾ ਮਤਲਬ ਸਦਮਾ ਹੈ। ਮੈਂ ਵੀ ਇਹਨਾਂ ਪਰਿਵਾਰ ਦੇ ਇਸ ਦੁੱਖ ਵਿੱਚ ਸ਼ਾਮਿਲ ਹੋ। 10 ਲੱਖ ਰੁਪਈਆ ਮੇਰੇ ਖਿਆਲ ਦਿੱਤਾ ਜੀ, 5 ਲੱਖ ਤਾਂ ਹੁਣ ਮੈਂ ਦਿੱਤਾ, 5 ਪਹਿਲਾਂ ਦਿੱਤਾ ਸੀ। ਹੋਰ ਜੋ ਇਹਨਾਂ ਦਾ ਇੱਕੋ ਲੜਕਾ ਹੈ ਛੋਟਾ, ਉਹਨਾਂ ਨੂੰ ਮੈਂ ਕਿਹਾ ਵੀ ਭਾਵੇਂ ਤੁਸੀਂ ਨੌਕਰੀ ਲੈ ਲਓ, ਜੇ ਪੜ੍ਹਾਈ ਕਰਨੀ ਉਹਨੇ ਅੱਗੇ ਉਹ ਪੜ੍ਹਾਈ ਦਾ ਸਾਰਾ ਖਰਚਾ। ਬਾਦਲ ਸਾਹਿਬ, 1,14,000 ਨੌਕਰੀਆਂ ਕੱਢੀਆਂ ਨੇ, ਕੀ ਮਾਇਨੇ ਰੱਖਦਾ? ਮਾਇਨੇ ਨੌਕਰੀਆਂ ਖਾਲੀ ਜਗ੍ਹਾ ਪਈਆਂ ਸਰ, ਰੱਖ ਲਈਆਂ। ਠੀਕ ਹੈ ਜੀ, ਕਦ ਤੱਕ ਭਰਤੀਆਂ ਹੋ ਜਾਣਗੀਆਂ? ਹੁਣੇ ਜਲਦੀ ਸ਼ੁਰੂ ਹੋ ਜਾਣੇ। ਭਾਰਤ ਪਾਕਿਸਤਾਨ ਸਰਹੱਦ ਵਿਖੇ ਖੇਮਕਰਨ ਸੈਕਟਰ ਵਿਚ ਤਾਇਨਾਤ BSF ਦੀ 191 ਬਟਾਲੀਅਨ ਅਤੇ ਕਾਊਂਟਰ ਇੰਟੈਲੀਜੈਂਸ ਨੂੰ ਅੱਜ ਉਦੋਂ ਇਕ ਵੱਡੀ ਕਾਮਯਾਬੀ ਮਿਲੀ ਜਦੋਂ ਸਰਹੱਦ ਤੇ ਤਸਕਰਾਂ ਨਾਲ ਹੋਏ ਮੁਕਾਬਲੇ ਪਿੱਛੋਂ 21 ਪੈਕੇਟ ਹੈਰੋਇਨ, 1 ਪਿਸਤੌਲ ਅਤੇ 5 ਮੈਗਜ਼ੀਨ ਬਰਾਮਦ ਕੀਤੇ ਗਏ। BSF ਪੰਜਾਬ ਦੇ IG ਅਨਿਲ ਪਾਲੀਵਾਲ ਨੇ ਦਸਿਆ ਕਿ ਬੀਤੀ ਰਾਤ 2:30 ਤੇ ਸਰਹੱਦੀ ਚੌਂਕੀ ਗਜ਼ਲ ਦੇ ਪਿੱਲਰ ਨੰਬਰ 171-6 ਨੇੜੇ 3 ਪਾਕਿਸਤਾਨੀ ਤਸਕਰ ਭਾਰਤ ਵੱਲ ਆਉਂਦੇ ਨਜ਼ਰ ਆਏ। ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਅਤੇ ਉਨ੍ਹਾਂ ਉਪਰ ਕੁਝ ਫਾਇਰ ਕੀਤੇ। ਪਾਕਿਸਤਾਨੀ ਤਸਕਰਾਂ ਨੇ ਅੱਗੋ ਜਵਾਬੀ ਫਾਇਰਿੰਗ ਕੀਤੀ ਅਤੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਵਾਪਸ ਪਾਕਿਸਤਾਨ ਭੱਜ ਗਏ। ਇਲਾਕੇ ਦੀ ਛਾਣਬੀਣ ਕੀਤੇ ਜਾਣ ਤੇ 1 ਅਰਬ ਤੋਂ ਵੀ ਵਧੇਰੇ ਮੁੱਲ ਦੀ 21 ਪੈਕੇਟ ਹੈਰੋਇਨ ਅਤੇ ਪਿਸਤੌਲ ਦੀ ਬਰਾਮਦਗੀ ਹੋਈ ਏ। ਗਤ ਰਾਤਰੀ ਲਗਭਗ 2:30 ਵਜੇ ਕੇ BOP ਗਜ਼ਲ ਕੇ ਇਲਾਕੇ ਮੇਂ BSF ਔਰ ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਿਸ ਕਾ ਇੱਕ ਸੰਯੁਕਤ ਪ੍ਰਯਾਸ ਥਾ। ਇਸ ਇਲਾਕੇ ਕੇ ਬਾਰੇ ਮੈਂ ਜਾਣਕਾਰੀ ਥੀ ਕਿ ਯਹਾਂ ਪਰ ਇਸ ਤਰ੍ਹਾਂ ਕੀ ਸਮਗਲਿੰਗ ਐਕਟੀਵਿਟੀ ਪਾਕ ਸਮਗਲਰਸ ਦੁਆਰਾ ਅੰਜਾਮ ਦੀ ਜਾ ਸਕਤੀ ਹੈ। ਇਸ ਪੇ ਪੂਰਾ ਅਲਰਟ ਬਰਤਤੇ ਹੋਏ ਚੌਕਸੀ ਰੱਖੀ ਜਾ ਰਹੀ ਥੀ। ਪਾਕ ਸਮਗਲਰਸ ਦੁਆਰਾ ਪਾਈਪ ਕਾ ਉਪਯੋਗ ਕਰਕੇ ਫੈਂਸ ਮੇਂ ਹੀਰੋਇਨ ਸਮਗਲਰ ਕਰਨੇ ਕਾ ਯਹਾਂ ਪੇ ਪ੍ਰਯਾਸ ਕੀਆ ਗਿਆ। ਉਸ ਦੌਰਾਨ BSF ਦੁਆਰਾ ਤੁਰੰਤ ਫਾਇਰਿੰਗ ਕੀ ਗਈ, ਪਾਕ ਸਮਗਲਰਸ ਕੀ ਤਰਫ ਸੇ ਵੀ ਫਾਇਰਿੰਗ ਹੋਈ ਔਰ ਯਹਾਂ ਪੇ IB ਕਾਫੀ ਪਾਸ ਪੜਤੀ ਹੈ ਫੈਂਸਿੰਗ ਕੇ, ਜਹਾਂ ਪਰ ਇਹ ਇਫਰਟ ਕੀਆ ਗਿਆ ਥਾ ਔਰ ਬੜਾ ਸੀਜ਼ਰ ਹੁਆ ਹੀਰੋਇਨ ਕਾ, ਲਗਭਗ 21 ਕਿਲੋ ਕਾ। ਔਰ ਇਸ ਸਾਲ ਅਭੀ ਤੱਕ ਪੰਜਾਬ ਫਰੰਟੀਅਰ ਜੋ ਹੈ 300 ਕਿਲੋ ਸੇ ਵੀ ਜ਼ਿਆਦਾ ਹੀਰੋਇਨ ਅਬ ਤੱਕ ਬਰਾਮਦ ਕਰ ਚੁੱਕਾ ਹੈ ਔਰ ਹਮਾਰੀ ਜੋ ਡਰੱਗ ਸਮਗਲਰਸ ਕੇ ਖਿਲਾਫ ਪਾਕਿਸਤਾਨ ਸਮਗਲਰਸ ਕੇ ਖਿਲਾਫ ਕੜੀ ਕਾਰਵਾਈ ਲਗਾਤਾਰ ਜਾਰੀ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਏ। ਸਿੱਖ ਸ਼ਰਧਾਲੂਆਂ ਦੇ ਜਥੇ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਸਮਾਗਮਾਂ ਵਿਚ ਹਾਜ਼ਰੀਆਂ ਭਰਨ ਲਈ ਜਾ ਰਹੇ ਹਨ। ਜੰਮੂ ਤੋਂ ਵੀ 124 ਸਿੱਖ ਯਾਤਰੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਏ। ਸਥਾਨਕ ਸਿੱਖ ਆਗੂਆਂ ਨੇ ਦਸਿਆ ਕਿ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵੀਜ਼ੇ ਲਈ 135 ਅਰਜ਼ੀਆਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿਚੋਂ 124 ਯਾਤਰੀਆਂ ਨੂੰ ਹੀ ਵੀਜ਼ਾ ਮਿਲਿਆ ਏ। ਪਟਿਆਲਾ ਵਿਖੇ ਸਰਦਾਰ ਕਰਤਾਰ ਸਿੰਘ ਧਾਲੀਵਾਲ ਦੀ ਬਰਸੀ ਤੇ ਸ਼ਰਧਾਂਜਲੀ ਦੇਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਘਿਰਾਓ ਕਰਨ ਜਾ ਰਹੇ ਪਰਮਜੀਤ ਸਿੰਘ ਸਹੋਲੀ ਨੂੰ ਰਸਤੇ ਵਿਚ ਨਾਭਾ ਵਿਖੇ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ। ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਕਰਦਿਆਂ ਸਰਕਾਰ ਤੇ ਝੂਠੇ ਪਰਚੇ ਦਰਜ ਕਰਨ ਦੇ ਦੋਸ਼ ਲਾਏ। ਇਸ ਮੌਕੇ ਪੁਲਿਸ ਵੱਲੋਂ ਕਰੜੇ ਬੰਦੋਬਸਤ ਕੀਤੇ ਗਏ ਸਨ। ਅਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹੜਾ ਪੰਥ ਦੋਖੀਆਂ ਦੇ ਕੋਲ ਲੁਕੋ ਕੇ ਰੱਖਿਆ ਹੋਇਆ ਹੈ। ਸਰਕਾਰ ਨੇ ਉਹ ਬਰਾਮਦ ਨਹੀਂ ਕਰਾਇਆ, ਨਾ ਕਿਸੇ ਨੂੰ ਗ੍ਰਿਫਤਾਰ ਕੀਤਾ, ਜਿਹਦੇ ਰੋਸ ਵਜੋਂ ਸਰਬੱਤ ਖਾਲਸਾ ਵੀ ਹੋਇਆ, 2 ਸਿੰਘ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਭੋਗ 'ਤੇ ਵੀ ਇਹ ਐਲਾਨ ਹੋਇਆ ਕਿ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਰਾਮਦ ਕਰਾ ਕੇ ਦੋਖੀ ਫੜ ਕੇ ਜਿਵੇਂ ਸਾਡੇ ਸਿੰਘਾਂ ਨੂੰ ਸਾਡੇ ਸਤਿਕਾਰਯੋਗ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਅਤੇ 2 ਸਿੰਘਾਂ ਦੇ ਕਾਤਲਾਂ ਨੂੰ ਜਿਹੜੇ ਕਿ ਪੰਜਾਬ ਪੁਲਿਸ ਵਾਲੇ ਨੇ
ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਨਹੀਂ ਸੁੱਟਦੇ ਉਨੀ ਦੇਰ ਅਸੀਂ ਬਾਦਲ ਦਾ ਕਿਤੇ ਮੰਤਰੀ ਆਵੇ ਬਾਦਲ ਖੁਦ ਆਵੇ ਉਹਦਾ ਹਰ ਢੰਗ ਨਾਲ ਵਿਰੋਧ ਕਰਾਂਗੇ। ਸਮਾਣਾ ਵਿਖੇ ਅੱਜ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਗੁਰਦੁਆਰਾ ਸਤਸੰਗ ਸਭਾ ਵੱਲੋਂ ਕੱਢੇ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਤੀ। ਬੀਬੀਆਂ ਵੱਲੋਂ ਸਾਰੇ ਰਸਤੇ ਗੁਰਬਾਣੀ ਕੀਰਤਨ ਕੀਤਾ ਗਿਆ। ਗਤਕਾ ਪਾਰਟੀਆਂ ਵੱਲੋਂ ਵੀ ਆਪਣੀ ਖੇਡ ਦੇ ਜੌਹਰ ਦਿਖਾਏ ਗਏ। ਗੁਰਦੁਆਰਾ ਕਮੇਟੀ ਆਗੂ ਭਾਈ ਗੁਰਦੀਪ ਸਿੰਘ ਅਤੇ ਭਾਈ ਹਰਬੰਸ ਸਿੰਘ ਨੇ ਇਸ ਮੌਕੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਸਾਂਝੀਵਾਲਤਾ ਦਾ ਸੰਦੇਸ਼ ਸਾਨੂੰ ਸਭ ਨੂੰ ਅਪਣਾਉਣਾ ਚਾਹੀਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਜੀ ਜੋ ਸਿੱਖਾਂ ਦੇ ਬਾਨੀ ਪਹਿਲੇ ਗੁਰੂ ਨੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਨਮੁੱਖ ਰੱਖ ਕੇ ਪੂਰੇ ਵਿਸ਼ਵ ਦੇ ਵਿੱਚ ਤਕਰੀਬਨ ਨਾਨਕ ਨਾਮ ਲੇਵਾ ਜਿਹੜੇ ਨੇ ਉਹ ਨਗਰ ਕੀਰਤਨ ਕੱਢ ਰਹੇ ਨੇ ਅਤੇ ਬੜੀ ਧੂਮਧਾਮ ਨਾਲ ਇਹ ਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਾਂਝੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ, ਜਾਤ ਪਾਤ ਦੇ ਬੰਧਨਾਂ 'ਚੋਂ ਬਾਹਰ ਕੱਢਿਆ, ਮੁਕਤ ਕੀਤਾ, ਇੱਕ ਅੱਛਾ ਇਨਸਾਨ ਬਣਾਉਣ ਵਾਸਤੇ ਬਿਨਾਂ ਵਿਤਕਰੇ 'ਤੇ ਅੱਜ ਬਹੁਤ ਸਾਰੀਆਂ ਫੇਰ ਜਿਹੜੀਆਂ ਜਾਤ ਪਾਤੀ ਦੇ ਅੰਦਰ ਕੜਵਾਹਟ ਪੈਦਾ ਹੋ ਰਹੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜਿਹੜਾ ਸੰਦੇਸ਼ ਸੀ ਨਿਰੋਲ ਇੱਕ ਅਕਾਲ ਪੁਰਖ ਇੱਕ ਪਿਤਾ ਇੱਕ ਸਿੱਕਿਆਂ ਮੁਬਾਰਕ ਦੀ ਗੱਲ ਕੀਤੀ ਉਹਨਾਂ ਨੇ ਅਤੇ ਪੂਰੇ ਜਿੱਥੇ ਸਾਰਿਆਂ ਨੂੰ ਇੱਕ ਥਾਂ ਸਾਂਝੀ ਸਭੇ ਸਾਂਝੀ ਵਾਲਸ ਲੈ ਹਨ, ਤੂੰ ਕਿਸੇ ਨਾ ਦੇ ਸਹਿਵਾਰਾ ਜੀ ਉਹ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਉਹਨਾਂ ਦਾ ਸੰਦੇਸ਼ ਨਿਰਾਲਾ ਅਤੇ ਵੱਖਰਾ ਕਦੀ ਨਾ ਪੁਰਾਣਾ ਹੋਣ ਵਾਲਾ ਹੈ। ਖਬਰ ਨਵੀਂ ਦਿੱਲੀ ਤੋਂ ਹੈ ਜਿੱਥੇ ਉਜ਼ਬੇਕਿਸਤਾਨ ਦੀ ਬੈਲੇ ਡਾਂਸਰ ਸ਼ਖਨੌਜ਼ਾ ਦੇ ਕਤਲ ਦੇ ਮਾਮਲੇ ਵਿਚ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਏ। ਸੂਤਰਾਂ ਮੁਤਾਬਿਕ ਗ੍ਰਿਫ਼ਤਾਰ ਦੋਸ਼ੀ ਗਗਨ ਨੇ ਕਬੂਲ ਕੀਤਾ ਏ ਕਿ ਉਸਨੇ ਦੂਜੀ ਦੋਸ਼ੀ ਲੜਕੀ ਨਾਜ਼ ਦਾ ਵੀ ਕਤਲ ਕਰਕੇ ਲਾਸ਼ ਨੂੰ ਉੱਤਰ ਪ੍ਰਦੇਸ਼ ਦੇ ਹਾਪੁਰ ਦੇ ਸਿੰਭਾਵਲੀ ਦੇ ਜੰਗਲਾਂ ਵਿਚ ਬੈਗ ਵਿਚ ਪਾ ਕੇ ਸਾੜ ਦਿੱਤਾ ਸੀ। ਦਿੱਲੀ ਪੁਲਿਸ ਮੁਤਾਬਿਕ ਗਗਨ ਆਪਣੀ ਉਜ਼ਬੇਕ ਮੂਲ ਦੀ ਪਤਨੀ ਮਾਸ਼ਾ ਉਰਫ਼ ਮੁਯੱਸਰ ਨਾਲ ਮਿਲ ਕੇ ਸੈਕਸ ਰੈਕਟ ਚਲਾਉਂਦਾ ਸੀ। ਸ਼ਖਨੌਜ਼ਾ ਅਤੇ ਨਾਜ਼ ਵੀ ਇਸ ਰੈਕਟ ਦਾ ਹਿੱਸਾ ਸਨ। ਨਾਜ਼ ਅਤੇ ਸ਼ਖਨੌਜ਼ਾ ਵਿਚਕਾਰ 8 ਲੱਖ ਰੁਪਏ ਦੇ ਲੈਣ ਦੇਣ ਦਾ ਝਗੜਾ ਚੱਲ ਰਿਹਾ ਸੀ, ਜਿਸ ਕਾਰਨ 25 ਸਤੰਬਰ ਨੂੰ ਨਾਜ਼ ਅਤੇ ਗਗਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਖਨੌਜ਼ਾ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਸੋਨੀਪਤ ਦੇ ਸਮਾਲਕਾ ਵਿਚ ਸਾੜ ਦਿੱਤਾ। ਬਾਅਦ ਵਿਚ ਭੇਦ ਖੁੱਲਣ ਦੇ ਡਰ ਤੋਂ ਗਗਨ ਨੇ ਨਾਜ਼ ਨੂੰ ਵੀ ਕਤਲ ਕਰਕੇ ਲਾਸ਼ ਨੂੰ ਹਾਪੁਰ ਦੇ ਜੰਗਲਾਂ ਵਿਚ ਲਿਜਾ ਕੇ ਸਾੜ ਦਿੱਤਾ, ਪਰ ਮਾਮਲੇ ਦੀਆਂ ਪਰਤਾਂ ਉਧੜਦੀਆਂ ਗਈਆਂ ਅਤੇ ਦੋਸ਼ੀ ਆਖਿਰ ਪੁਲਿਸ ਦੀ ਗ੍ਰਿਫ਼ਤ ਵਿਚ ਆ ਹੀ ਗਿਆ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਉਲਾਂਦੇ ਅਗਲੇ ਸਾਲ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਹੋ ਸਕਦੇ ਹਨ। ਭਾਰਤ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਬਣਨ ਲਈ ਸੱਦਾ ਭੇਜਿਆ ਏ। ਇੱਥੇ ਜ਼ਿਕਰਯੋਗ ਏ ਕਿ ਹਾਲ ਹੀ ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ISIS ਨੇ ਅੱਤਵਾਦੀ ਹਮਲਾ ਕੀਤਾ ਸੀ, ਜਿਸ ਵਿਚ 130 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। ਪੈਰਿਸ ਵਿਚ ਹੋਏ ਹਮਲੇ ਦੀ ਭਾਰਤ ਸਮੇਤ ਦੁਨੀਆਂ ਭਰ ਵਿਚ ਸਖ਼ਤ ਨਿਖੇਧੀ ਹੋਈ ਸੀ। ਕੈਨੇਡਾ ਦੇ ਕੈਲਗਰੀ ਵਿਚ ਵਿਰੋਧੀ ਧਿਰ ਦੇ ਆਗੂ ਰੋਨਾ ਅਮਰੋਜ਼ ਨੇ ਅੱਜ ਇਕ ਅਹਿਮ ਐਲਾਨ ਵਿਚ ਕੈਲਗਰੀ ਤੋਂ PC ਪਾਰਟੀ ਦੇ ਸੰਸਦ ਮੈਂਬਰ ਦੀਪਕ ਓਬਰਾਇਨ ਨੂੰ ਸ਼ੈਡੋ ਕੈਬਨਿਟ ਦਾ ਕੌਮਾਂਤਰੀ ਘਟਨਾਕ੍ਰਮ ਆਲੋਚਕ ਨਿਯੁਕਤ ਕੀਤਾ ਏ। ਪਾਰਟੀ ਮੂਲ ਦੇ ਸ੍ਰੀ ਦੀਪਕ ਓਬਰਾਇਨ ਨੂੰ ਇਸ ਖੇਤਰ ਵਿਚ ਲੰਮਾ ਤਜ਼ਰਬਾ ਏ। 2006 ਵਿਚ ਉਨ੍ਹਾਂ ਨੂੰ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵਿਚ ਸੈਂਸਿਸ ਕਤਨ ਨਿਯੁਕਤ ਕੀਤਾ ਗਿਆ ਸੀ ਅਤੇ ਅਕਤੂਬਰ 2015 ਤੱਕ ਉਹ ਇਸ ਅਹੁਦੇ ਤੇ ਰਹੇ। ਆਪਣੀ ਨਵੀਂ ਨਿਯੁਕਤੀ ਤੇ ਖੁਸ਼ੀ ਪ੍ਰਗਟਾਉਂਦਿਆਂ ਸ੍ਰੀ ਓਬਰਾਇਨ ਨੇ ਕਿਹਾ ਕਿ ਉਹ ਸਰਕਾਰ ਦੀ ਜਵਾਬਦੇਹੀ ਨਿਸ਼ਚਿਤ ਕਰਨ ਲਈ ਪ੍ਰਭਾਵੀ ਭੂਮਿਕਾ ਨਿਭਾਉਣ ਦਾ ਯਤਨ ਕਰਨਗੇ। ਨਿਊਜ਼ੀਲੈਂਡ ਵਿਚ ਅੱਜ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਜਾਣ ਕਰਕੇ ਉਸ ਵਿਚ ਸਵਾਰ 7 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਏ। ਇਹ ਹਾਦਸਾ ਦੇਸ਼ ਦੇ ਦੱਖਣੀ ਟਾਪੂ ਤੇ ਫੋਕਸ ਗਲੇਸ਼ੀਅਰ ਦੇ ਸੈਰ ਸਪਾਟੇ ਵਾਲੇ ਸਥਾਨ ਤੇ ਵਾਪਰਿਆ ਦਸਿਆ ਜਾਂਦਾ ਏ। ਰਸਤਾ ਮੁਸ਼ਕਿਲ ਹੋਣ ਕਾਰਨ ਬਚਾਅ ਦਲ ਅਜੇ ਮੌਕੇ ਤੇ ਨਹੀਂ ਪਹੁੰਚ ਸਕੇ। ਅਧਿਕਾਰੀਆਂ ਦਾ ਕਹਿਣਾ ਏ ਕਿ ਲਾਸ਼ਾਂ ਬਰਾਮਦ ਕਰਨ ਵਿਚ ਅਜੇ ਕੁਝ ਦਿਨ ਲੱਗ ਸਕਦੇ ਹਨ। ਮਰਨ ਵਾਲਿਆਂ ਵਿਚ 4 ਬਰਤਾਨਵੀ, 2 ਆਸਟ੍ਰੇਲੀਆਈ ਅਤੇ 1 ਨਿਊਜ਼ੀਲੈਂਡ ਦਾ ਨਾਗਰਿਕ ਏ। ਤੇ ਇਸ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।